ਕਿਉਂਕਿ ਇਹ ਬੜੀ ਮੰਦਭਾਗੀ ਘਟਨਾ ਹੈ। ਬਾਬਾ ਬਲਵਿੰਦਰ ਜੀ ਜਿਹੜੇ ਇੱਥੇ ਮੁੱਖ ਸੇਵਾਦਾਰ ਸੀ ਇਸ ਗੁਰਦੁਆਰਾ ਸਾਹਿਬ ਦੇ, ਉਹਨਾਂ ਦਾ ਰਾਤ ਕਤਲ ਹੋ ਗਿਆ, ਤੁਹਾਨੂੰ ਸਭ ਨੂੰ ਪਤਾ ਹੀ ਹੈ। ਇਸ ਕਤਲ ਜਿਹੜਾ ਮੁੱਖ ਦੋਸ਼ੀ ਆ ਉਹ ਰਮਨਜੀਤ ਆ, ਸਲਾਹਪੁਰ ਪਿੰਡ ਦਾ ਰਹਿਣ ਵਾਲਾ। ਉਹ ਉਹਨਾਂ ਦਾ ਸੇਵਾਦਾਰ ਸੀਗਾ। ਉਹਨਾਂ ਦੀ ਰਾਤ ਨੂੰ ਜੋ ਸਾਨੂੰ ਹੁਣ ਤੱਕ ਨਜ਼ਰ ਆ ਰਿਹਾ ਕਿ ਸ਼ਾਇਦ ਉਹਨਾਂ ਦੀ ਸੇਵਾ ਕਰ ਰਿਹਾ ਸੀ ਅੰਦਰ, ਅਤੇ ਉਸ ਤੋਂ ਬਾਅਦ ਉਹਨੇ ਉਹਨਾਂ ਦਾ ਮਰਡਰ ਕਰਤਾ। ਵੀ ਹੈਵ ਐਂਪਲ ਐਵੀਡੈਂਸ, ਸਾਡੇ ਕੋਲ ਪੂਰਾ ਕਲੀਅਰ ਐਵੀਡੈਂਸ ਹੈ ਕਿ ਮਰਡਰ ਉਹਨੇ ਕੀਤਾ, ਕਿਉਂਕਿ ਉਹ ਉਸ ਤੋਂ ਬਾਅਦ ਉਹ ਦੌੜਦਾ ਵੀਡੀਓ 'ਚ ਨਜ਼ਰ ਆ ਰਿਹਾ, ਬਦਹਵਾਸ ਜਿਹਾ ਹੋਇਆ। ਜਿਸ ਤਰ੍ਹਾਂ ਇਨਸਾਨ ਗਲਤੀ ਕਰ ਬੈਠਦਾ ਉਹਨੂੰ ਅਹਿਸਾਸ ਹੋ ਜਾਂਦਾ ਕਿ ਮੈਂ ਗਲਤੀ ਕੀਤੀ ਹੈ। ਉਹਦੇ ਮੁਤਾਬਕ ਉਹ ਦੌੜਦਾ ਇੱਧਰ ਉੱਧਰ ਦੌੜਦਾ ਫਰੰਟ 'ਤੇ, ਫਿਰ ਉਸ ਤੋਂ ਬਾਅਦ ਪਿੱਛੋਂ ਦੀ ਗੇਟ ਤੋਂ ਉਹ ਨਿਕਲ ਕੇ ਚਲਾ ਗਿਆ ਹੈਗਾ। ਮਰਡਰ ਦਾ ਅਸੀਂ ਪਰਚਾ ਦਰਜ ਕਰ ਲਿਆ, ਜਿਹੜਾ ਦੋਸ਼ੀ ਆ ਉਹਦੇ ਉੱਪਰ ਰੇਡ ਕੀਤੇ ਜਾ ਰਹੇ ਹੈ। ਵੀ ਆਰ ਰਾਉਂਡ ਅਪ ਸਮ ਪੀਪਲ ਐਂਡ ਵੈਰੀ ਸੂਨ ਵੀ ਵਿਲ ਕੈਚ। ਦੇਖੋ ਜੀ, ਅਸਲ 'ਤੇ ਜਿਹੜੀ ਵਜ੍ਹਾ ਹੈਗੀ ਆ ਉਹ ਜਦੋਂ ਅਸੀਂ ਉਹਨੂੰ ਫੜਾਂਗੇ, ਅਕਿਊਜ਼ ਦੀ ਪੁੱਛਗਿੱਛ ਕਰਾਂਗੇ, ਉਹਦੇ ਨਜ਼ਰ ਆਏਗਾ। ਬਟ ਇਟ ਇਜ਼ ਕਲੀਅਰ ਕਿ ਜੋ ਕੁਛ ਹੋਇਆ ਉਹ ਬੰਦ ਕਮਰੇ ਦੇ ਅੰਦਰ ਹੋਇਆ। ਉਹ ਸ਼ਾਇਦ ਉਹਦੀ ਲੱਤਾਂ ਦੀ ਮਸਾਜ ਕਰ ਰਿਹਾ ਸੀਗਾ, ਕਿਸੇ ਗੱਲ ਤੋਂ ਕੋਈ ਤਕਰਾਰ ਹੋਇਆ ਹੋਏਗਾ, ਇਹ ਅਕਿਊਜ਼ ਦੇ ਫੜੇ ਜਾਂਦੇ ਪਤਾ ਚੱਲੇਗਾ। ਬਟ ਵਨ ਥਿੰਗ ਇਜ਼ ਸ਼ਿਓਰ ਕਿ ਇਹਦੇ 'ਚ ਕੋਈ ਵੀ ਹੋਰ ਐਂਗਲ ਨਹੀਂ ਹੈ। ਇਹ ਗੱਲ ਇੱਕ ਪਲੀਜ਼ ਇੱਕ ਸੈਕਿੰਡ, ਮੈਂ ਇਸ ਗੱਲ ਨੂੰ ਦੁਬਾਰਾ ਦੁਹਰਾਉਣਾ ਚਾਹਾਂਗਾ ਕਿ ਇਸ ਮਰਡਰ 'ਚ ਕੋਈ ਵੀ ਹੋਰ ਐਂਗਲ ਨਹੀਂ ਹੈ। ਇਟ ਇਜ਼ ਅ ਸਿੰਪਲ ਮਰਡਰ, ਨੈਚੁਰਲ ਮਰਡਰ ਹੈ। ਔਰ ਉਹਦੀ ਕੀ ਵਜ੍ਹਾ ਮਰਡਰ ਦੀ, ਜਦੋਂ ਰਮਨਜੀਤ ਪਕੜਿਆ ਜਾਏਗਾ ਤਾਂ ਤੁਹਾਡੀ ਸਾਰੀ ਗੱਲ ਤੁਹਾਡੇ ਸਾਹਮਣੇ ਅਸੀਂ ਖੋਲ ਕੇ ਲਿਆ ਦਿਆਂਗੇ। ਨਹੀਂ, ਐਸਾ ਕੁਛ ਵੀ ਨਹੀਂ ਹੈ। ਵੀ ਹੈਵ ਨੋ ਪਾਸ ਹਿਸਟਰੀ, ਸਾਡੇ ਕੋਲ ਉਹਦਾ ਕੋਈ ਪਾਸ ਰਿਕਾਰਡ, ਪਾਸ ਹਿਸਟਰੀ ਨਹੀਂ ਹੈ। ਦੋ ਸੇਵਾਦਾਰ ਸੀਗੇ, ਇੱਕ ਅੰਮ੍ਰਿਤ ਸੀਗਾ, ਦੋਨੋਂ ਇਕੱਠੇ ਨਾਲ ਦਾ ਕਮਰਾ ਹੈਗਾ, ਤੁਸੀਂ ਦੇਖ ਹੀ ਰਹੇ ਹੋ, ਉੱਥੇ ਰਹਿੰਦੇ ਸੀ, ਸੇਵਾ ਕਰਦੇ ਸੀ ਗੁਰਦੁਆਰਾ ਸਾਹਿਬ ਦੀ, ਬਾਬਾ ਜੀ ਦੀ। ਅਤੇ ਹੁਣ ਕਿਸ ਗੱਲ ਕਰਕੇ ਉਹਨੇ ਮਰਡਰ ਕੀਤਾ, ਇਹ ਤਾਂ ਉਹ ਪਕੜੇ ਜਾਂਦੇ ਸਾਨੂੰ ਦੱਸ ਸਕਦਾ। ਮੈਂ ਦੱਸਿਆ ਜੀ, ਰਾਤ ਮਰਡਰ ਹੋਇਆ ਕੋਈ ਤਕਰੀਬਨ 10 ਵਜੇ ਦੇ ਬਾਅਦ ਜਿਹੜਾ ਹੈਗਾ ਹੈ, ਔਰ ਉਮਰ ਦੀ ਛੋਟੀ ਹੋਈ ਹੈ, 20-22 ਸਾਲ ਦਾ ਸਾਰਾ ਹੋਣਾ ਹਜੇ। ਅਸੀਂ ਉਹਨੂੰ ਰੇਡਸ ਕਾਫੀ ਕੀਤੇ ਰਾਤ ਦੇ, ਇਸ ਵਕਤ ਵੀ ਸਾਡੀ ਪਾਰਟੀਸ ਕਾਫੀ ਸਾਰੀਆਂ ਇਲਾਕੇ 'ਚ ਫੈਲੀਆਂ ਪਈਆਂ, ਉਹਨੂੰ ਫੜਨ ਵਾਸਤੇ ਉਹਦੇ ਰਿਸ਼ਤੇਦਾਰਾਂ 'ਤੇ, ਉਹਦੇ ਸਗੇ ਸੰਬੰਧੀਆਂ 'ਤੇ, ਉਹਦੇ ਸਾਥੀਆਂ 'ਤੇ ਅਸੀਂ ਰੇਡ ਕਰ ਰਹੇ ਹਾਂ। ਬਹੁਤ ਜਲਦੀ ਕਾਬੂ ਆ ਜਾਏਗਾ, ਕੋਈ ਵੱਡੀ ਗੱਲ ਨਹੀਂ ਹੈ। ਰਿਵਾਲਵਰ ਮਿਸਿੰਗ ਆ, ਚੈੱਕ ਕਰਦੇ ਹਾਂ ਉਹ ਲੈ ਗਿਆ ਜਾਂ ਕੌਣ ਲੈ ਗਿਆ, ਵੀਲ ਟੈਲ ਯੂ। ਕੋਈ ਹੋਰ ਐਂਗਲ ਨਹੀਂ ਹੈ, ਨਾ ਡਕੈਤੀ ਦਾ, ਨਾ ਰੋਬਰੀ ਦਾ, ਨਾ ਅਸੀਂ ਇਹਨੂੰ ਕੀ ਕਿ ਕੋਈ ਹੋਰ ਇਹਨੂੰ ਅਸੀਂ ਐਵੇਂ, ਮੈਨੂੰ ਕਈ ਫੋਨ ਚਾਰਜ ਫੇਰੇ ਚੱਲ ਰਹੇ ਨੇ, ਕਈ ਕੋਈ ਕੁਛ ਕਰਿਆ, ਬਟ ਆਈ ਵੁੱਡ ਲਾਈਕ ਟੂ ਸਟ੍ਰੈਸ ਅਪੋਨ ਦਿਸ ਫੈਕਟ, ਮੈਂ ਇਸ ਗੱਲ ਨੂੰ ਜ਼ੋਰ ਦੇ ਕਹਾਂਗਾ ਕਿ ਇਟਸ ਏ ਮਰਡਰ, ਸਿੰਪਲ ਮਰਡਰ। ਉਹਨੇ ਕਿਉਂ ਕੀਤਾ? ਕਿਉਂਕਿ ਕੋਈ ਬਾਹਰ ਦਾ ਬੰਦਾ ਤਾਂ ਆਇਆ ਨਹੀਂ, ਕੋਈ ਹੋਰ ਦੋਸ਼ੀ ਨਹੀਂ, ਕੋਈ ਸਾਥੀ ਨਹੀਂ, ਕੋਈ ਵਜ੍ਹਾ ਰੰਜਿਸ਼ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਰੋਜ਼ ਦੀ ਤਰ੍ਹਾਂ ਉਹ ਬਾਬਾ ਜੀ ਸੇਵਾ ਕਰਦਾ ਸੀਗਾ, ਰਾਤ ਵੀ ਉਹਨੇ ਕੁੰਡੀ ਲਗਾ ਕੇ ਸੇਵਾ ਕਰ ਰਿਹਾ ਸੀਗਾ। ਹੁਣ ਅੰਦਰ ਕੀ ਵਾਪਰਿਆ ਸਾ ਜਿਸ ਤੋਂ ਤੈਸ਼ ਚਾ ਕੇ ਉਹਨੇ ਉਹਨਾਂ ਦਾ ਮਰਡਰ ਕਰਤਾ, ਇਹ ਤਾਂ ਪਕੜੇ ਜਾਣ 'ਤੇ ਉਹੀ ਸਾਨੂੰ ਦੱਸ ਸਕਦਾ, ਫੜੇ ਜਾਣ